ਸੀ ਸਮੇ ਰੋਪੜ ਜ਼ਿਲ੍ਹੇ ਦੇ ਗਜਪੁਰ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਗਜਪੁਰ ਪਿੰਡ ਦਾ ਅਸੀਂ ਇੱਕ ਟਰੈਕਟਰ ਤੇ ਸਵਾਰ ਆ ਕਿਉਂਕਿ ਇਸ ਪਿੰਡ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਭਰਿਆ ਹੋਇਆ ਹੈ ਇੱਥੇ ਕੋਈ ਵੀ ਵਾਹਨ ਨਹੀਂ ਜਾ ਰਿਹਾ ਗਜਪੁਰ ਦਾ ਤੁਹਾਨੂੰ ਇਲਾਕਾ ਦਿਖਾ ਦਿੰਦੇ ਆ ਪਿੰਡ ਦੇ ਅੰਦਰ ਦਾ ਮਾਹੌਲ ਹੈਗਾ ਜਿੱਥੇ ਪਿੰਡ ਦੇ ਅੰਦਰ ਦੀਆਂ ਸੜਕਾਂ ਨੇ ਕੁਝ ਸੜਕਾਂ ਖਾਲੀ ਨਹੀਂ ਪਰ ਚਾਰੋਂ ਪਾਸੇ ਪਿੰਡ ਜਿਹੜਾ ਹੈਗਾ ਉਹ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਪਿੰਡ ਦੀ ਦੋਨੋਂ ਪਾਸੇ ਦੀ ਸੜਕ ਦੇ ਇਰਤ-ਗਿਰਦ ਦੋਨੋਂ ਪਾਸੇ ਦੇ ਜੋ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇਹ ਖੇਤ ਹੈਗੇ ਨੇ ਦੋਨੋਂ ਪਾਸੇ ਖੇਤ ਬਿਲਕੁਲ ਦਰਿਆ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਪਾਖੜਾ ਡੈਮ ਤੋਂ ਜਿਹੜਾ ਪਾਣੀ ਛੱਡਿਆ ਗਿਆ ਸੀਗਾ ਉਸ ਦੀ ਮਾਰ ਦੇ ਵਿੱਚ ਜਿੰਨੇ ਪਿੰਡ ਆਏ ਉਹਨਾਂ ਦੇ ਵਿੱਚੋਂ ਰੋਪੜ ਦਾ ਇੱਕ ਗਜਪੁਰ ਪਿੰਡ ਹੈਗਾ ਜਿਹੜਾ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਕੱਲ ਤੱਕ ਇਸ ਪਿੰਡ ਦਾ ਸੰਪਰਕ ਬਾਕੀ ਦੇ ਸਾਰੇ ਪਿੰਡਾਂ ਨਾਲੋਂ ਕੱਟ ਚੁੱਕਿਆ ਸੀ ਅੱਜ ਥੋੜਾ ਪਾਣੀ ਬਾਹਰਲੇ ਇਲਾਕੇ ਦੇ ਵਿੱਚ ਉਤਰਿਆ ਤੇ ਪਿੰਡ ਦੇ ਅੰਦਰ ਵਿਵਸਥਾ ਹੋ ਸਕੀ ਹੈ ਕਿ ਟ੍ਰੈਕ ਘਟੋ ਘਟ ਟਰੈਕਟਰ ਦੇ ذریعے ਹੀ ਪਿੰਡ ਤੱਕ ਪਹੁੰਚਿਆ ਜਾ ਸਕੇ ਅਸੀਂ ਪਿੰਡ ਦੇ ਤੁਹਾਨੂੰ ਦੂਰ ਤੱਕ ਦ੍ਰਿਸ਼ ਦਿਖਾ ਦਿੰਦੇ ਆ ਜਿੱਥੋਂ ਤੱਕ ਕੈਮਰੇ ਦੀ ਨਜ਼ਰ ਜਾਂਦੀ ਹੈ ਉਥੋਂ ਤੱਕ ਸਾਰੇ ਪਾਣੀ ਭਰਿਆ ਹੋਇਆ ਹੈ ਪਿੰਡ ਦੇ ਵਿੱਚ ਦੋਨੋਂ ਪਾਸੇ ਪਿੰਡ ਦੇ 메ਨ ਸੜਕ ਮੁੱਖ ਸੜਕ ਦੇ ਉੱਤੇ ਅਸੀਂ ਟਰੈਕਟਰ ਦੇ ذریعے ਜਾ ਰਹੇ ਹਾਂ ਔਰ ਦੂਸਰੇ ਪਾਸੇ ਵੀ ਇਹ ਸਾਰੇ ਖੇਤ ਹੈਗੇ ਨੇ ਜੋ ਤੁਸੀਂ ਦੇਖ ਰਹੇ ਹੋ ਇਹ ਸਾਰੀ ਫਸਲ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਦੋਨੋਂ ਪਾਸੇ ਜਿੰਨੀ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਨਾਲ ਇੱਥੇ ਪਿੰਡ ਦੇ ਸਰਪੰਚ ਵੀ ਨੇ ਉਹਨਾਂ ਨਾਲ ਗੱਲ ਕਰ ਲੈਨੇ ਆ ਸਰਪੰਚ ਸਾਹਿਬ ਹਾਂਜੀ ਕਿੰਨਾ ਕ ਨੁਕਸਾਨ ਹੋਇਆ ਇੱਥੋਂ ਫਸਲਾਂ ਦਾ ਕਿੰਨੀ ਕ ਖੇਤੀ ਦਾ ਨੁਕਸਾਨ ਹੋ ਗਿਆ ਫਸਲ ਸਾਡੀ 100% ਬਰਬਾਦ ਹੋ ਗਈ ਸਾਰੀ ਹੋਈ ਮੱਕੀ ਝੋਨਾ ਜੋ ਵੀ ਤੇ ਸਾਰਾ ਪਾਣੀ ਦੀ ਲਪੇਟ ਵਿੱਚ ਹੈ ਜੀ ਤੇ ਸਾਡਾ ਕੋਈ ਵੀ ਸਾਰ ਪੁੱਛਣ ਸਾਡਾ ਕੋਈ ਵੀ ਆਇਆ ਨਹੀਂ ਹੈ ਜੀ ਇੱਥੇ ਤੇ ਹੁਣ ਵੀ ਪਾਣੀ ਛੱਡ ਰਹੀ ਸਾਨੂੰ ਹੁਣ ਦੱਸਿਆ ਪਹਿਲਾਂ ਸਾਨੂੰ ਦੱਸਿਆ ਨਹੀਂ ਵੀ ਭਾਖੜੇ ਤੋਂ ਪਾਣੀ ਛੱਡ ਰਹੀ ਹੈ ਤੇ ਸਾਡੀ ਜਿੰਨੀ ਵੀ ਫਸਲ ਹੈ ਸਾਰੀ ਤਬਾਹ ਹੋ ਗਈ ਹੈ ਕਿੰਨੇ ਕ ਪਿੰਡਾਂ ਦੇ ਵਿੱਚ ਪਾਣੀ ਆਇਆ ਹੈਗਾ ਇੱਥੇ ਇਹ ਪਿੰਡ ਚਾਰ ਪੰਜ ਆਈ ਚੰਦਪੁਰਵੇਲਾ ਗੱਜਪੁਰਵੇਲਾ ਤੇ ਹਰੀਆਲ ਨਿੱਕੂਵਾਲ ਤੇ ਸ਼ਾਹਪੁਰਵੇਲਾ ਜੀ ਇਹ ਪੂਰੇ ਲਪੇਟ ਵਿੱਚ ਆਈ ਪਾਣੀ ਦੇ ਇਸ ਵੇਲੇ ਪਿੰਡਾਂ ਦੇ ਵਿੱਚ ਅ ਪਸ਼ੂ ਰੱਖੇ ਹੁੰਦੇ ਨੇ ਡੰਗਰ ਰੱਖੇ ਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਕਿਉਂਕਿ ਪਿੰਡਾਂ ਦਾ ਐਸੀ ਇਹਨਾਂ ਪਿੰਡਾਂ ਦਾ ਦੇਖਿਆ ਕਿ ਸੰਪਰਕ ਬਾਕੀ ਦੇ ਸਾਰੇ ਨਾਲੋਂ ਇਲਾਕੇ ਨਾਲੋਂ ਟੁੱਟ ਚੁੱਕਿਆ ਸੀ ਉਹਨਾਂ ਦੀ ਸਾਮ ਸੰਭਾਲ ਕਿਵੇਂ ਕਰ ਰਹੇ ਹੋ ਅਸਵੇਨੇ ਔਖਾ ਹੀ ਮੱਜਾ ਸਾਡੀਆਂ ਭੁੱਖੀਆਂ ਪਈਆਂ ਜੀ ਨਾ ਤੂੜੀ ਆ ਖਾਣੇ ਨਾ ਹਰਿਆਈ ਆਈ ਕੋਈ ਵੀ ਸਭ ਕੁ ਉਹ ਹਟ ਚੁੱਕਿਆ ਹੀ ਕੋਪੇ ਚੁੱਕਿਆ ਹੀ ਅਸਵੇਨੇ ਸਾਡਾ ਬੁਰਾ ਹਾਲ ਹੈ ਗੱਜ ਵਰਦਾ ਜੀ ਤੇ ਉਹ ਜਿਹੜੇ ਜਿਹੜੇ ਘਰਾਂ ਦੇ ਵਿੱਚ ਪਾਣੀ ਆਇਆ ਉਹ ਪਰਿਵਾਰ ਕਿਸ ਤਰ੍ਹਾਂ ਰਹਿ ਰਹੇ ਨੇ ਪਾਣੀ ਇਤਨੇ ਪਕੋਠਿਆਂ ਉੱਪਰ ਚੜ ਕੇ ਗੁਜ਼ਾਰਾ ਕੀਤਾ ਹੀ ਦੋ ਦਿਨ ਹੋ ਗਏ ਸਾਨੂੰ ਕੋਠਿਆਂ ਉੱਪਰ ਚੜਿਆ ਨੂੰ ਵੀ ਤੇ ਸਾਡੇ ਕਿਸੇ ਨਸਾਰ ਨਹੀਂ ਲਈ ਹੈਗੀ ਜੀ ਤੇ ਸਾਡੇ ਜਿਹੜੇ ਇੱਥੇ ਕਰੈਚਰ ਲੱਗੇ ਵੀ ਆ ਇਧਰ ਤੇ ਕਰੈਚਰਾਂ ਨਾਲ ਸਾਡੇ ਪਿੰਡ ਨੂੰ ਹਟਾਉਣੇ ਦੀ ਕੋਸ਼ਿਸ਼ ਕਰ ਰਹੇ ਜੀ ਪੂਰੀ ਉਹ ਤੇ ਕੋਈ ਵੀ ਸਰਕਾਰ ਕੋਈ ਵੀ ਦੇਖ ਨਹੀਂ ਰਹੀ ਸਾਨੂੰ 20 ਸਾਲ ਹੋ ਗਏ ਸੰਘਰਸ਼ ਕਰਦੇ ਆ ਇਹਨੂੰ ਵੇ ਕਿਸ ਕਿਹੜੇ ਕਦ ਲਈ ਕਰੈਸ਼ਰ ਨਜਾਇਜ਼ ਲੱਗੇ ਹੋਏ ਨਜਾਇਜ਼ ਕਰੈਸ਼ਰ ਲੱਗੇ ਵੀ ਜੀ ਇਹ ਪੈਸੇ ਮੰਤਰੀਆਂ ਨੂੰ ਵੀ ਜਾਂਦੇ ਹਰੇਕ ਨੂੰ ਜਾਂਦੇ ਸਾਰੇ ਹੜੱਪ ਕੇ ਪਾਸੇ ਹੋ ਜਾਂਦੇ ਜੀ ਇਹ ਤੇ ਸਾਡੀਆਂ ਸੜਕਾਂ ਵੀ ਤੋੜਿਆ ਕਰਦੇ ਸਭ ਕੋ ਤੋੜਿਆ ਕਰਦੇ ਜੀ ਇਹ ਕਿੰਨੀ ਕਿ ਖੇਤੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੇ ਕੁ 100% ਨੁਕਸਾਨ ਨੁਕਸਾਨ ਆਈ ਸਾਡਾ ਇਹ ਤੇ ਕੋਈ ਆ ਸਾਰੇ ਮੱਕੀ ਥੋੜੇ ਸਾਹਮਣੇ ਆਈ ਚੌਨਾ ਥੋੜੇ ਸਾਹਮਣੇ ਸਾਰਾ ਪਾਣੀ ਵੀ ਡੁੱਬਿਆ ਵਾ ਜੀ ਇਹ ਦੂਰ ਤੱਕ ਦੂਰ ਤੱਕ ਸਾਰਾ ਪਾਣੀ ਦੂਰ ਤੱਕ ਸਾਰੇ ਜਿੰਨਾ ਵੀ ਹਾ ਰਹਿ ਗਈ ਸਾਰਾ ਖਤਮ ਹੈ ਜੀ ਹਾਂ ਸਾਰਾ ਖਤਮ ਹੈ ਹਾਂਜੀ ਔਰ ਪਸ਼ੂਆਂ ਦੇ ਲਈ ਹਰੇ ਚਾਰੇ ਦਾ ਕੋ ਪ੍ਰਬੰਧ ਕਰ ਰਹੇ ਜਿਹੜੇ ਘਰਾਂ ਚ ਰੱਖੇ ਕੋਈ ਪ੍ਰਬੰਧ ਨਹੀਂ ਹੈ ਭੁੱਖੇ ਤੇ ਆਏ ਖੜੇ ਸਾਡੇ ਸਾਰਾ ਡੰਗਰ ਜੋ ਵੀ ਹੈ ਭੁੱਖੇ ਤੇ ਆਏ ਖੜੇ ਸਾਡੇ ਹਾਂਜੀ ਸੋ ਇਸ ਤੋਂ ਇਲਾਵਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਪਰਿਵਾਰ ਫਸੇ ਹੋਏ ਨੇ ਹੜ ਦੇ ਵਿੱਚ ਉਹਨਾਂ ਦੇ ਲਈ ਲੰਗਰ ਦੀ ਵਿਵਸਥਾ ਕੀਤੀ ਜਾ ਰਹੀ ਹੈ ਜਿਹੜੇ ਪਰਿਵਾਰਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਹੱਪਿੰਡ ਪਿੰਡ ਪਿੰਡ ਜਾ ਕੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਜਿਹੜੇ ਉਹਨਾਂ ਨਾਲ ਜੁੜੇ ਹੋਏ ਨੇ ਉਹ ਲੰਗਰ ਦੀ ਵਿਵਸਥਾ ਕਰ ਰਹੇ ਨੇ ਸਰ ਨਾਲ ਐਸਜੀਪੀਸੀ ਦੇ ਸਾਡੇ ਨਾਲ ਐਸਜੀਪੀਸੀ ਦੇ ਕੁਝ ਲੋਕ ਮੌਜੂਦ ਨੇ ਕਿਥੋਂ ਆ ਰਿਹਾ ਇਹ ਲੰਗਰ ਜਿਹੜੇ ਕੌਣ ਲੋਕ ਜਿਹੜੇ ਲੰਗਰ ਪਚਾਰੇ ਨੇ ਔਰ ਕਿਹੜੇ ਗੁਰਦੁਆਰਾ ਸਾਹਿਬ ਤੋਂ ਲੰਗਰ ਆ ਰਿਹਾ ਬਾਬਾ ਜੀ ਥੋੜਾ ਇੱਥੇ ਆ ਜਾਓ ਆ ਜਾਓ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਜਪੁਰ ਤੋਂ ਮਾਸਟਰ ਅਰਜਨ ਸਿੰਘ ਹੀ ਬੋਲ ਰਿਹਾ ਜੀ ਇਹ ਜਿਹੜਾ ਪਾਣੀ ਆ ਰਿਹਾ ਨਾ ਜੀ ਇਹ ਸਾਰੀ 100% ਗਲਤੀ ਜਿਹੜੀ ਹੈ ਇਹ ਪਾਖੜਾ ਮੈਨੇਜਮੈਂਟ ਬੋਰਡ ਦੀ ਹੈ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਹੈ ਵੀ ਇੰਨਾ ਸਾਡੇ ਕੋਲ 100 ਫੁੱਟ ਪਾਣੀ ਸਾ ਪਿਛਲੇ ਸਾਲਾਂ ਤੋਂ ਵੱਧ ਸੀ ਇਹਨਾਂ ਕੋਲ ਕਿਉਂ ਨਹੀਂ ਛੱਡਿਆ ਇਹ ਨਹੀਂ ਹੁਣ ਸਾਡੀ ਸਾਰੀ 100% ਜਿਹੜੀ ਫਸਲ ਹੈ ਬਰਬਾਦ ਹੋ ਰਹੀ ਸਾਰੇ ਲੋਕਾਂ ਦਾ ਬੁਰਾ ਹਾਲ ਹੈ ਲੋਕਾਂ ਨੇ ਜਿੰਨੇ ਵੀ ਫਸਲ ਬੀਜੀ ਹੋਈ ਹੈ ਸਾਰਾ ਦਾ ਹਾਲ ਖਰਾਬ ਹੈ ਤੇ ਭਾਈ ਭਈਏ ਵਿਚਾਰੇ ਜਿਹੜੇ ਵੀਰ ਆ ਸਾਰੇ ਭੁੱਖੇ ਮਰ ਰਹੇ ਹਨ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਕਲਾਨੰਗਰ ਸਾਹਿਬ ਵੱਲੋਂ ਇਹਨਾਂ ਨੂੰ ਜਿਹੜਾ ਪ੍ਰਸ਼ਾਦਾ ਪਾਣੀ ਉਹ ਆ ਰਿਹਾ ਹੈ ਉਹਨਾਂ ਨੂੰ ਉਹਨਾਂ ਨੂੰ ਇਹਨਾਂ ਦਾ ਹੀ ਆਸਰਾ ਹੈ ਸਾਰੇ ਪਿੰਡ ਵਾਸੀਆਂ ਨੂੰ ਕਾਰ ਸੇਵਾ ਦਾ ਤੇ ਸ਼ਰਮਣੀ ਗੁਰਦੁਆਰਾ ਕਿੰਨੇ ਕਿੰਨੇ ਇਲਾਕੇ ਦੇ ਵਿੱਚ ਲੰਗਰ ਪਚਾ ਰਹੇ ਹੋ ਤੁਸੀਂ ਇਸ ਕਾਰ ਸੇਵਾ ਵਾਲੇ ਜਿੱਥੇ ਵੀ ਲੋੜ ਹੈ ਜਿੱਦਾਂ ਨੂਰਪੁਰ 베ਦੀ ਆ ਸਾਰੇ ਨੂਰਪੁਰ 베ਦੀ ਦੇ ਪਿੰਡਾਂ ਵਿੱਚ ਵੀ ਇਹ ਪ੍ਰਸ਼ਾਦਾ ਪੁਜਾ ਰਹੇ ਹਨ ਜਿੱਥੇ ਵੀ ਕਿਤੇ ਉਹਨਾਂ ਨੂੰ ਫੋਨ ਕਰਦੇ ਕੋਈ ਉਹ ਸਾਰੇ ਸਾਡੇ ਨਾਲ ਖੜੇ ਹਨ ਉਹਨਾਂ ਦਾ ਸਾਨੂੰ ਬਹੁਤ ਹਾਂ ਜੀ ਗਾਜੇਪੁਰ ਚੰਦਪੁਰ ਸਾਹ ਹਰੀਵਾਲ ਸਾਰੇ ਪਿੰਡਾਂ ਨੂੰ ਜਿਹੜੇ ਆ ਉਹਨਾਂ ਦੀ ਸਾਨੂੰ ਬਹੁਤ ਆਸਰਾ ਹੈ ਜੀ ਕਾਰ ਸੇਵਾ ਦਾ ਤੇ ਕਿਲਾ ਸ਼ਰੋਨੀ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਦਾ ਇੱਥੇ ਇੱਥੇ ਸਰਪੰਚ ਸਾਹਿਬ ਐਨਡੀਆਰਐਫ ਦੇ ਪ੍ਰਸ਼ਾਸਨ ਦੇ ਕੁਝ ਲੋਕ ਘੁੰਮਰੇ ਨੇ ਗੱਲਬਾਤ ਕਰ ਰਹੇ ਨੇ ਉਹ ਉਹ ਮਿਲੇ ਨੇ ਆ ਕੇ ਵੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈਗੀ ਆ ਜਾਂ ਕੁਝ ਨਹੀਂ ਇਸ ਇਹ ਦੇ ਕਰਕੇ ਸਾਡੇ ਕੋਲ ਕੋਈ ਨਹੀਂ ਸਾਨੂੰ ਕਿਹਾ ਨਹੀਂ ਹੈਗਾ ਜੀ ਸਾਡੇ ਕੋਲ ਬੈਠੇ ਆ ਕੇ ਉਹ ਨਹੀਂ ਐਦਾ ਸਾਨੂੰ ਕੋਈ ਨਹੀਂ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈ ਜਾਂ ਕੋਈ ਚੀਜ਼ ਚਾਹੀਦੀ ਤੁਹਾਨੂੰ ਸਾਨੂੰ ਕੋਈ ਇਹ ਨਹੀਂ ਉਹ ਨਹੀਂ ਦੱਸਿਆ ਹੈਗਾ ਜੀ ਉਹ ਜਿਹੜੇ ਮੁਲਾਜ਼ਮ ਆਏ ਹੋਏ ਨਾ ਜੀ ਉਹ ਕੋਈ ਪ੍ਰੋਫੈਸ਼ਨਲ ਨਹੀਂ ਹੈ ਉਹ ਤਾਂ ਸਾਡੇ ਵਰਗੇ ਆ ਜਿੱਦਾਂ ਅਸੀਂ ਸਾਡੇ ਇੰਨੀ ਮਦਦ ਤਾਂ ਅਸੀਂ ਵੀ ਕਰ ਸਕਦੇ ਕਹਿੰਦੇ ਮੁਲਾਜ਼ਮ ਉਹਨਾਂ ਨੂੰ ਕੋਈ ਜਿਸ ਤਰ੍ਹਾਂ ਕੋਈ ਸੱਪ ਨੂੰ ਡੰਗਿਆ ਵਾ ਜਿੱਦਾਂ ਵੀ ਚੂਸ ਲੈਂਦਾ ਜ਼ਹਿਰ ਇਹੋ ਜਿਹੇ ਬੰਦੇ ਚਾਹੀਦੇ ਸਾਨੂੰ ਕੋਈ ਜਿਹੜੇ ਸਾਡੀ ਸਹਾਇਤਾ ਕਰ ਸਕੇ ਇਸ ਇਹ ਤਾਂ ਆਪ ਕਹਿੰਦੇ ਸਾਨੂੰ ਬੰਨ੍ਹ ਕੇ ਬਿਠਾ ਲਦਾ ਸੀ ਕਿਆ ਕਰ ਸਕਦੇ ਇੱਥੇ ਆ ਕੇ ਇਹ 7-8 ਬੰਦੇ ਜਿਹੜੇ ਆ ਪੁਲਿਸ ਮੁਲਾਜ਼ਮ ਆਪ ਕਹਿੰਦੇ ਵੀ ਸਾਡਾ ਕੋਈ ਫਾਇਦਾ ਨਹੀਂ ਆ ਤੁਹਾਨੂੰ ਅਸੀਂ ਵੀ ਕਹਿੰਦੇ ਵੀ ਚਲੋ ਇਹਨਾਂ ਦਾ ਸਾਨੂੰ ਕਿਆ ਫਾਇਦਾ ਇੰਨੀ ਵਦਦਾ ਤਾਂ ਅਸੀਂ ਕਿੰਨੇ ਨੌਜਵਾਨ ਖੜੇ ਸਾਰੇ ਆਪਸ ਵਿੱਚ ਹੀ ਕਰੀ ਜਾਂਦੇ ਇਹ ਤਾਂ ਚਾਹੀਦਾ ਜਿੱਦਾਂ ਡਾਕਟਰ ਸਾਹਿਬ ਹੈ ਉਹ ਇੱਕ ਤਾਂ ਹੋ ਜਾਵੇ ਇੱਥੇ ਜਾਂ ਕੋਈ ਐਨਡੀਆਰਫ ਦੇ ਜਿੱਦਾਂ ਇੱਕ ਉਹ ਬੋਟ ਹੈ ਉਹ ਸਾਨੂੰ ਹੋਣੀ ਚਾਹੀਦੀ ਜਦੋਂ ਕਿ ਕੱਲ ਸਾਡੇ 1 ਲੱਖ ਨੂੰ ਦੇ ਸਾਡੀ ਦੇ ਦੰਗ ਹੋ ਗਿਆ ਸੀ ਉਹ ਚਲੋ ਸਰਕਾਰ ਨੇ ਮਦਦ ਕੀਤੀ ਲੈ ਗਈ ਇਸ ਦਾ ਸਰਕਾਰ ਵੱਲ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਜੀ ਪਰ ਗੱਲ ਇਹ ਹੈ ਸਰਕਾਰ ਨੂੰ ਤਾਂ ਦੇਖੋ ਇਹ ਚਾਹੀਦਾ ਵੀ ਜਿਹੜੇ ਆ ਤਿੰਨ ਪਿੰਡਾਂ ਚਾਹੇ ਚੰਦਪੁਰ ਹੈ ਹਰੀਆਲ ਹੈ ਗੱਜਪੁਰ ਹੈ ਇਹਨਾਂ ਦਾ ਜੇ ਪਾਣੀ ਆ ਜਾਣਾ ਸੰਪਰਕ ਬਿਲਕੁਲ ਟੁੱਟ ਜਾਂਦਾ ਜਿਹੜੇ ਡਾਕਟਰਾਂ ਦੀ ਟੀਮ ਹੈ ਹਰ ਪਿੰਡ ਤੇ ਗੁਰਦੁਆਰਾ ਸਾਹਿਬ ਬਣੇ ਹੈ ਜਾਂ ਕੋਈ ਵਿਵਸਥਾ ਪਿੰਡ ਵਾਸੀ ਆਪਣੇ ਆਪ ਵੀ ਕਰ ਦਿੰਦੇ ਉਹਨਾਂ ਵਾਸਤੇ ਜਿਹੜੇ ਡਾਕਟਰ ਹੈ ਜਾਂ ਨਰਸ ਹੈ ਜਿਹੜੇ ਮੁੰਡਲੀਆਂ ਚੀਜ਼ਾਂ ਦਵਾਈਆਂ ਲੈ ਕੇ ਉਹ ਇੱਥੇ ਬੈਠਣ ਆ ਕੇ ਕਿਉਂਕਿ ਇੱਥੋਂ ਦਾ ਸੜਕਾਂ ਦਾ ਸੰਪਰਕ ਹੀ ਟੁੱਟ ਗਿਆ ਸ਼ਹਿਰ ਨਾਲੋਂ ਤੇ ਇੱਥੋਂ ਅਸੀਂ ਬੰਦਾ ਕਿੱਦਾਂ ਲੈ ਕੇ ਜਾਣਾ ਬਾਹਰ ਕਿਸੇ ਨੂੰ ਸੱਪ ਨੇ ਡੰਗ ਲਿਆ ਹੁਣ ਪਾਣੀ ਦਾ ਉਤਰਨਾ ਉ ਤੋਂ ਬਾਅਦ ਵੀ ਬੜੀਆਂ ਬਿਮਾਰੀਆਂ ਫੈਲਣੀਆਂ ਇੱਥੇ ਉਹਦੇ ਵਾਸਤੇ ਕੋਈ ਵਿਵਸਥਾ ਨਹੀਂ ਹੈਗੀ ਐ ਹੁਣ ਆ ਪਾਣੀ ਹੈ ਕੁਦਰਤੀ ਸਮੱਸਿਆ ਹੈ ਚਲੋ ਇਹਦਾ ਕੋਈ ਹੱਲ ਨਹੀਂ ਹੈ ਭਾਈ ਦਾ ਗਾਹਾਂ ਇਹਦਾ ਇਲਾਜ ਤਾਂ ਕਰ ਸਕਦੇ ਨਾ ਆਪਾਂ ਲੋਕਾਂ ਨੂੰ ਜੇ ਇੱਥੇ ਪਿੰਡਾਂ 'ਚ ਆ ਤਿੰਨ ਪਿੰਡ ਆ ਸਾਡੇ ਆਪਾਂ ਤਾਂ ਇਹਨਾਂ ਦੀ ਗੱਲ ਕਰਾਂਗੇ ਇਹਨਾਂ ਤਿੰਨ ਪਿੰਡਾਂ 'ਚ ਜੇ ਡਾਕਟਰ ਬਹਿ ਜਾਣ ਆਖੇ ਕਮ ਸੇ ਕਮ ਕਿਸੇ ਤੇ ਕੋਈ ਸੱਟ ਲੱਗ ਜਾਂਦੀ ਕੋਈ ਬਿਮਾਰ ਹੋ ਜਾਂਦਾ ਕੋਈ ਜਨਾਨੀ ਪ੍ਰੈਗਨੈਂਟ ਹੈ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਕਿੱਦਾਂ ਲੈ ਕੇ ਜਾਵਾਂਗੇ ਅਸੀਂ ਆਪਣੇ ਵੱਲੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਲੋਂਗਵਾਲ ਸਾਹਿਬ ਨੇ ਹੁਕਮ ਕੀਤਾ ਵੀ ਸਾਰਿਆਂ ਦਾ ਪ੍ਰਬੰਧ ਕਰੋ ਵਧੀਆ ਸਵੇ ਲੋਕਾਂ ਦੀ ਸਮੱਸਿਆ ਹੈਗੀ ਆ ਪਾਣੀ ਹਜੇ ਚਾਰੋਂ ਪਾਸੇ ਹੈਗਾ ਪਿੰਡ ਦੇ ਵਿੱਚ ਔਰ ਉਮੀਦ ਹੈਗੀ ਹੈ ਕਿ ਭਾਖੜਾ ਤੋਂ ਹੋਰ ਪਾਣੀ ਛੱਡਿਆ ਜਾਣਾ ਹੈ ਇਸ ਲਈ ਅਜੇ ਇਹਨਾਂ ਲੋਕਾਂ ਦੀ ਸਮੱਸਿਆ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਪਰ ਵੱਡੀ ਦਿੱਕਤ ਲੋਕਾਂ ਨੂੰ ਇਹ ਆ ਰਹੀ ਕਿ ਜਿਹੜੇ ਅਜਿਹੇ ਪਿੰਡ ਨੇ ਜਿਨ੍ਹਾਂ ਦਾ ਸੰਪਰਕ ਟੁੱਟ ਗਿਆ ਉਹਨਾਂ ਪਿੰਡ ਵਾਸੀਆਂ ਨੂੰ ਲੰਗਰ ਦੀ ਵਿਵਸਥਾ ਐਸਜੀਪੀਸੀ ਕਰ ਰਹੀ ਹੈ ਪਰ ਮੈਡੀਕਲ ਸਹੂਲਤਾਂ ਦੀ ਵਿਵਸਥਾ ਦੀ ਘਾਟ ਜ਼ਰੂਰ ਖੜ ਰਹੀ ਹੈ ਕੈਮਰਾਮੈਨ ਸ਼ਿਸ਼ਾਂਤ ਦੇ ਨਾਲ ਪਮਿਲਪਾਟੀਆਂ ਇੰਡੀਆ ਨਿਊਜ਼ ਪੰਜਾਬ ਰੋਪੜ ਗਜਪੁਰਪਿੰਡ